ਬਿਲਕੁਲ ਆਵੇ। ਮੇਰੇ ਚਾਹੀਏ ਕਹਿਣਾ ਚਾਹੀਏ ਸਰ, ਮੈਂ ਗੱਡੀ ਉਹ ਪਿੱਛੇ ਪੈਟਰੋਲ ਪੰਪ ਦੇ ਖਿਲਾਰ ਆਇਆ ਵਾਂ, ਆਪ ਵੀ ਮੋਟਰਸਾਈਕਲ ਆਏ, ਮੋਟਰਸਾਈਕਲ ਖਿਲਾਰ ਕੇ ਇਸ ਤੋਂ ਬਾਅਦ ਸਾਈਕਲ ਲੈ ਲੈਣਾ, ਨਾ ਪੈਟਰੋਲ ਦਾ ਖਰਚਾ ਹੋਏ ਅਤੇ ਨਾ ਪਤਾ ਲੱਗੇ ਕਿੰਨੇ ਦਾ। ਰਿਲੀਫ ਹੀ ਮਿਲਿਆ 60 ਰੁਪਏ ਤੇ 10 ਰੁਪਏ ਮੈਂ ਬਿਜਲੀ ਵੀ ਮਹਿੰਗੀ ਹੋਈ, ਉਹ ਰਿਲੀਫ ਹੀ ਤੁਹਾਨੂੰ ਦਿੰਦਾ 9 ਰੁਪਏ ਨਹੀਂ। ਜਿੱਦਣ ਆਏ ਹਨ ਉਦਣ ਕਿੰਨੇ ਦੇ ਕੀਤੇ ਇਹ? ਉਦਣ ਵੀ 3 ਰੁਪਏ ਵਧਾਈ। ਹਾਂ ਤੇ ਇਹ ਤੁਹਾਨੂੰ ਬਹੁਤ ਵਾਰ ਰਿਲੀਫ ਹੈ, ਉਹ ਭਾਈ ਨੂੰ ਸਭ ਤੋਂ ਜ਼ਿਆਦਾ ਰਿਲੀਫ ਹੈ। 200 ਦਾ ਤੇਲ ਕਿਤਾ ਉਹਨਾਂ ਦੇ, ਚਲੋ ਕਿਰਾਇਆ ਵਧਾ ਕੇ ਪੂਰਾ ਕਰ ਲੈਣਾ, ਤੇ ਜਿਹੜੇ ਦੂਜੇ ਨੇ ਉਹ ਕੀ ਕਰਨ ਦੇ? ਤੁਹਾਨੂੰ ਕੀ ਲੱਗਦਾ ਕਿ ਕਰ ਸਕਣ ਦੇ ਹੈਂਡਲ, ਸਰਵਾਈਵ ਕਰ ਸਕੇਗੀ ਹਕੂਮਤ? ਹੈ ਹਕੂਮਤ ਸਰ ਜ਼ਿਆਦਾ ਤੋਂ ਜ਼ਿਆਦਾ 1-2 ਮਹੀਨੇ ਨੇ, ਇਸ ਤੋਂ ਜ਼ਿਆਦਾ ਨਹੀਂ। 2 ਮਹੀਨੇ ਵੀ ਕੱਢ ਜਾਂਦੇ ਬਹੁਤ ਗੱਲ ਹੈ। ਉਹ ਤਾਂ ਕਹਿੰਦੇ ਜੋ ਡਾਲਰ ਦੀ ਕੀਮਤ ਵੱਧਦੀ ਹੈ, ਤੇਲ ਦੀ ਵੱਧਦੀ ਹੈ, ਅਤੇ ਅਸੀਂ ਤਾਂ ਕੰਮ ਮਤਲਬ ਕਿ ਸਾਡੀ ਅੱਖਾਂ 'ਚੋਂ ਪਾਣੀ ਨਿਕਲਣ ਲੱਗ ਪੈਂਦਾ, ਆਸੂ ਆ ਜਾਂਦੇ ਨੇ ਕਿ ਗਰੀਬ ਆਵਾਮ 'ਤੇ ਬਹੁਤ ਜ਼ਿਆਦਾ ਹੈ, ਅਸੀਂ ਕਰ ਰਹੇ। ਉਹ ਜਦੋਂ ਪੋਜੀਸ਼ਨ 'ਚ ਬੈਠੇ ਹੁੰਦੇ ਨੇ ਨਾ, ਉਦੋਂ ਇਹ ਹੀ ਕਹਿੰਦੇ ਨੇ ਕਿ ਸਾਡੇ ਆਂਸੂ ਆਉਂਦੇ, ਜਦੋਂ ਘੁੰਮਾ 'ਚ ਆ ਜਾਂਦੇ ਨੇ ਨਾ, ਫਿਰ ਆਂਸੂ ਉਹਨਾਂ ਦਾ ਖੁਸ਼ਕ ਹੋ ਜਾਂਦੇ ਨੇ, ਉਹ ਫਿਰ ਆਵਾਮ ਦੇ ਆਂਸੂ ਨਿਕਲਦੇ ਨੇ। ਜਿਵੇਂ ਵੇਖੋ ਮੇਰਾ ਭਾਈ ਰੋ ਰਿਹਾ, ਇਹਨਾਂ ਦੇ ਵੀ ਆਂਸੂ ਨਹੀਂ ਕਰ ਰਹੇ ਨੇ, ਲਾਹੌਰੋਂ ਪੈਦਲ ਆਏ ਨੇ, ਕਹਿੰਦੇ ਮੋਟਰਸਾਈਕਲ ਤੇਲ ਨਹੀਂ, ਖਾਲੀ ਤੋਰ ਕੇ ਲਿਆਏ ਨੇ ਮੋਟਰਸਾਈਕਲ ਦੇ ਤੇਲ। ਬਾਕੀ ਲੱਗਦਾ ਕਿ ਬਿਲਕੁਲ ਹਕੂਮਤ ਸਹੀ ਕਿਹਾ, ਹਕੂਮਤ ਨਹੀਂ, ਹਕੂਮਤ ਇਮਰਾਨ ਖਾਨ ਦੀ ਠੀਕ ਸੀ, ਖਾਰਜੀ ਪਾਲਸੀ ਦਾਖਲੇ 'ਚ ਨਹੀਂ ਠੀਕ, ਦਾਖਲੇ ਨਹੀਂ ਸਹੀ। ਬਾਕੀ ਇਹ ਇਮਰਾਨ ਖਾਨ ਸਾਹਿਬ ਕੋਲ ਟੀਮ ਨਹੀਂ ਅੱਛੀ, ਕਿਉਂਕਿ ਮੈਂ ਵੀ ਬਕਾਇਦਾ ਇਮਰਾਨ ਖਾਨ ਦਾ ਸਿਰਫ ਫੈਨ ਹਾਂ, ਲੇਕਿਨ ਮੇਰੀ ਆਪਣੀ ਜਿਹੜੀ ਪਾਰਟੀ ਉਹ ਪਾਕਿਸਤਾਨੀ ਨਜ਼ਰਿਆਤੀ ਹੈ, ਠੀਕ ਹੈ। ਹਾਂਜੀ, ਬਾਕੀ ਇਹ ਹੈ ਕਿ ਇਮਰਾਨ ਖਾਨ ਸਾਹਿਬ ਨੂੰ ਅਗਰ ਪਾਰਟੀ ਅੱਛੀ ਮਿਲਦੀ ਤਾਂ ਥੋੜ੍ਹਾ ਉਹ ਧਿਆਨ ਦਿੰਦੇ ਅਤੇ ਬਿਹਤਰ ਹੋ ਸਕਦਾ, ਲੇਕਿਨ ਖਾਨ ਸਾਹਿਬ ਨੇ ਸਿਰਫ ਧਿਆਨ ਦਿੱਤਾ ਓਐਨਓਸੀ ਕੀ ਕਹਿੰਦੇ ਨੇ ਉਹਦੇ 'ਤੇ ਧਿਆਨ ਦਿੱਤਾ, ਹਰ ਤਕਰੀਰ ਤੋਂ ਬਾਅਦ ਓਐਨਓਸੀ ਨਹੀਂ ਦੇਣਾ, ਪਰ ਛੱਡ ਕੇ ਖਾਲੀ ਕੰਮਾਂ ਵੱਲ ਧਿਆਨ ਦਿੰਦੇ ਤਾਂ ਇਸ ਟਾਈਮ ਉਹਨਾਂ ਦੀ ਹਕੂਮਤ ਮੌਜੂਦ ਹੋਣੀ ਸੀ। ਬਾਕੀ ਉਹਨਾਂ ਨੂੰ ਥੋੜ੍ਹਾ ਸੋਚਣਾ ਚਾਹੀਦਾ ਖਾਨ ਸਾਹਿਬ ਨੂੰ ਵੀ, ਬਾਕੀ ਇਹ ਜਿਹੜੀ ਹਕੂਮਤ ਇਹਦੇ ਨਾਲੋਂ ਤਾਂ 200% ਅੱਛੀ ਸੀ, ਤਾਂ ਅਗਲੀ ਇਨਸ਼ਾਅੱਲਾ ਤਾਲਾ ਹਕੂਮਤ ਜਿਹੜੀ ਹੈ ਆਉਣੀ ਖਾਨ ਸਾਹਿਬ ਦੀ ਹੈ, 200% ਨਹੀਂ 300% ਉਹਨਾਂ ਦੇ ਆਉਣੀ ਹੈ। ਬਾਕੀ ਇਨਸ਼ਾਅੱਲਾ ਮੇਰੀਆਂ ਦੁਆਵਾਂ ਖਾਨ ਸਾਹਿਬ ਨਾਲ ਨੇ, ਅੱਲਾ ਉਹਨਾਂ ਨੂੰ ਖੁਸ਼ ਰੱਖੇ ਅਤੇ ਤਰੱਕੀ ਦੇ ਅਤੇ ਉਹਨਾਂ ਦੀ ਜ਼ਿੰਦਗੀ ਦੀ ਹਿਫਾਜ਼ਤ ਕਰੇ।